ਹਾਂਜੀ, ਜੇ ਤੁਸੀਂ ਸਸਤੇ ਰੇਟ 'ਤੇ ਜ਼ਮੀਨਾਂ ਖਰੀਦਣੀਆਂ ਚਾਹੁੰਦੇ ਹੋ ਤਾਂ ਆਹ ਵੀਡੀਓ ਲਾਸਟ ਤੱਕ ਦੇਖ ਸਕਦੇ ਹੋ। ਇਹਦੇ ਤੁਹਾਨੂੰ ਕੌਡੀਆਂ ਦੇ ਭਾਅ ਕਿਵੇਂ ਜ਼ਮੀਨ ਖਰੀਦੀ ਜਾ ਸਕਦੀ ਹੈ, ਕਿੱਥੇ ਖਰੀਦੀ ਜਾ ਸਕਦੀ ਆ, ਉਹਦੇ ਬਾਰੇ ਪੂਰੀ ਨੌਲੇਜ ਮਿਲੂਗੀ। ਮੈਂ ਤੁਹਾਨੂੰ ਉਹਨਾਂ 9 ਦੇਸ਼ਾਂ ਦੇ ਨਾਮ ਦੱਸੂੰਗਾ ਜਿੱਥੋਂ ਦੀ ਜ਼ਮੀਨ ਦਾ 1 ਕਿੱਲਾ 1-1.5 ਲੱਖ ਤੋਂ ਸਟਾਰਟ ਹੋ ਜਾਂਦਾ, ਅਤੇ ਕਈ ਦੇਸ਼ ਤਾਂ ਇਹੋ ਜਿਹੇ ਵੀ ਆ ਜਿੱਥੋਂ ਦਾ 1 ਕਿੱਲਾ ਤੁਹਾਨੂੰ ਸਿਰਫ 50,000, 40,000, ਇੱਥੋਂ ਤੱਕ ਕਿ 20,000 'ਚ ਵੀ ਮਿਲ ਜਾਂਦਾ। ਤਾਂ ਚਲੋ ਫਿਰ ਆ ਜਾਓ, ਉਹਨਾਂ ਦੇਸ਼ਾਂ ਦੇ ਨਾਮ ਜਾਣੀਏ। ਨੰਬਰ 9 ਬ੍ਰਾਜ਼ੀਲ। ਬ੍ਰਾਜ਼ੀਲ ਏਰੀਏ ਦੇ ਹਿਸਾਬ ਨਾਲ ਦੁਨੀਆ ਦਾ 5ਵੇਂ ਨੰਬਰ ਵਾਲਾ ਵੱਡਾ ਦੇਸ਼ ਆ, ਅਤੇ ਪਾਪੂਲੇਸ਼ਨ ਦੇ ਹਿਸਾਬ ਨਾਲ ਇਹ ਦੁਨੀਆ ਦੇ 7ਵੇਂ ਨੰਬਰ 'ਤੇ ਆਉਂਦਾ। ਇਹ ਵਾਲੇ ਦੇਸ਼ 'ਚ ਜ਼ਿਆਦਾਤਰ ਪਪੀਤੇ ਅਤੇ ਮੱਕੀ ਦੀ ਖੇਤੀ ਕੀਤੀ ਜਾਂਦੀ ਆ, ਅਤੇ ਇੱਥੋਂ ਦਾ 1 ਕਿੱਲਾ ਤੁਹਾਨੂੰ ਸਿਰਫ 1.5 ਲੱਖ 'ਚ ਮਿਲ ਜਾਂਦਾ। 8ਵੇਂ ਨੰਬਰ 'ਤੇ ਆ ਜੀ ਸਾਊਥ ਅਫਰੀਕਾ। ਇੱਥੇ ਜ਼ਿਆਦਾਤਰ ਅੰਗੂਰਾਂ ਅਤੇ ਕਸਟਰਡ ਤੇਲ ਦੀ ਖੇਤੀ ਕੀਤੀ ਜਾਂਦੀ ਆ, ਅਤੇ ਇੱਥੋਂ ਦਾ 1 ਕਿੱਲਾ ਤੁਹਾਨੂੰ ਸਿਰਫ 1.25 ਲੱਖ 'ਚ ਮਿਲ ਜਾਂਦਾ। 7ਵੇਂ ਨੰਬਰ 'ਤੇ ਆ ਯੂਰਪ ਦਾ ਦੇਸ਼ ਲਿਥੁਆਨੀਆ। ਇੱਥੋਂ ਦੀ ਵੀ 1 ਕਿੱਲਾ ਜ਼ਮੀਨ ਤੁਹਾਨੂੰ 1.5 ਲੱਖ 'ਚ ਮਿਲ ਜਾਂਦੀ ਆ। ਇੱਥੇ ਦੀ ਸਰਕਾਰ ਕਿਸੇ ਹੋਰ ਕੰਟਰੀ ਦੇ ਲੋਕਾਂ ਨੂੰ ਵੀ ਇੱਥੇ ਇਨਵੈਸਟ ਕਰਨ ਦੀ ਪੂਰੀ ਇਜਾਜ਼ਤ ਦਿੰਦੀ ਆ। ਮਤਲਬ ਤੁਹਾਡੇ ਮੇਰੇ ਵਰਗੇ ਜਾਂ ਹੋਰ ਕੋਈ ਵੀ ਜੇ ਹੋਰ ਕੰਟਰੀ ਦਾ ਬੰਦਾ ਉੱਥੇ ਇਨਵੈਸਟ ਕਰਨਾ ਚਾਹੁੰਦਾ ਤਾਂ ਉਹ ਆਰਾਮ ਨਾਲ ਇਨਵੈਸਟ ਕਰ ਸਕਦਾ, ਇੰਨੀ ਸਸਤੀ ਜ਼ਮੀਨ ਖਰੀਦ ਸਕਦਾ, ਅਤੇ ਫਿਰ ਉੱਥੇ ਜ਼ਮੀਨ ਖਰੀਦ ਕੇ ਆਲੂ, ਜਿਉਂ ਅਤੇ ਕਣਕ ਦੀ ਖੇਤੀ ਕਰ ਸਕਦਾ, ਕਿਉਂਕਿ ਇੱਥੇ ਜ਼ਿਆਦਾਤਰ ਇਹਨਾਂ ਚੀਜ਼ਾਂ ਦੀ ਖੇਤੀ ਕੀਤੀ ਜਾਂਦੀ। 6ਵੇਂ ਨੰਬਰ 'ਤੇ ਆਉਂਦਾ ਜੀ ਉਰੂਗੋਏ। ਇਹ ਦੇਸ਼ ਕੈਨੇਡਾ ਵਰਗੇ ਦੇਸ਼ਾਂ ਨਾਲ ਐਕਸਪੋਰਟ ਦਾ ਬਿਜ਼ਨਸ ਵੀ ਕਰਦਾ ਵਾ। ਇੱਥੇ ਜ਼ਿਆਦਾਤਰ ਲੋਕ ਹਨਾ ਆਪਦੀ ਜ਼ਮੀਨ ਠੇਕੇ 'ਤੇ ਦੇ ਕੇ ਬਿਜ਼ਨਸ ਕਰਦੇ ਆ, ਅਤੇ ਇੱਥੇ ਵੀ ਜਿਹੜਾ ਜ਼ਮੀਨ ਦਾ ਰੇਟ ਆ ਉਹ ਹੈਗਾ 1.5 ਲੱਖ ਪ੍ਰਤੀ ਕਿੱਲਾ। ਤੁਸੀਂ ਵੀ ਕਹੋਗੇ ਵੀ ਵੀਡੀਓ ਦੇ ਥੰਬਨੇਲ 'ਤੇ ਤਾਂ ਲਾਇਆ ਵੀ 20,000 ਦਾ, 18,000 ਦਾ 1 ਕਿੱਲਾ, ਅਤੇ ਵੀਡੀਓ ਦੇ ਸਟਾਰਟਿੰਗ 'ਚ ਵੀ ਕਹਿੰਦਾ ਸੀ ਵੀ ਕਈ ਦੇਸ਼ ਇਹੋ ਜਿਹੇ ਹੈਗੇ ਆ ਜਿੱਥੇ 20,000 ਦਾ ਕਿੱਲਾ ਮਿਲ ਜਾਂਦਾ, ਅਤੇ ਆਪ ਹੁਣ 1.5 ਲੱਖ 'ਤੇ ਘੁੰਮੀ ਜਾਂਦਾ। ਪਰ ਬਾਈ ਸਬਰ ਕਰੋ, ਥੋੜ੍ਹਾ ਜਿਹਾ ਅੱਗੇ ਉਹ ਵਾਲੇ ਦੇਸ਼ ਵੀ ਆਉਣਗੇ ਜਿੱਥੇ ਤੁਹਾਨੂੰ 20,000, 18,000 ਦਾ ਕਿੱਲਾ ਮਿਲੂਗਾ। ਵੀਡੀਓ ਪੂਰੀ ਦੇਖੋ ਧਿਆਨ ਨਾਲ। ਹੁਣ ਆਪਾਂ ਗੱਲ ਕਰਦੇ ਹਾਂ ਆਪਣੀ ਲਿਸਟ 'ਚੋਂ 5ਵੇਂ ਨੰਬਰ 'ਤੇ ਆਉਣ ਵਾਲੇ ਦੇਸ਼ ਦੀ, ਜਿਹੜਾ ਜਿੱਥੇ ਸਸਤੀਆਂ ਜ਼ਮੀਨਾਂ ਨੇ, ਅਤੇ ਇਹਦਾ ਨਾਮ ਆ ਇਸਟੋਨੀਆ। ਇਹ ਵਾਲਾ ਦੇਸ਼ ਬਾਕੀ ਦੇਸ਼ਾਂ ਦੇ ਕੰਪੈਰੀਜ਼ਨ 'ਚ ਥੋੜ੍ਹਾ ਜਿਹਾ ਛੋਟਾ ਵਾ। ਇੱਥੇ ਤੁਹਾਨੂੰ ਜਿਹੜੀ 1 ਕਿੱਲਾ ਜ਼ਮੀਨ ਆ ਉਹ 1,20,000 'ਚ ਮਿਲ ਜਾਂਦੀ ਆ, ਅਤੇ ਇੱਥੇ ਜ਼ਿਆਦਾਤਰ ਆਲੂ, ਚਕੁੰਦਰ ਅਤੇ ਕਣਕ ਦੀ ਖੇਤੀ ਕੀਤੀ ਜਾਂਦੀ ਆ। ਨੰਬਰ 4 ਲਾਤਵੀਆ। ਇਹ ਦੇਸ਼ ਅੱਧ ਨਾਲੋਂ ਵੱਧ ਤਾਂ ਖਾਲੀ ਪਿਆ ਵਾ, ਅਤੇ ਇੱਥੇ ਜ਼ਿਆਦਾਤਰ ਅਲਸੀ ਅਤੇ ਸ਼ਕਰਕੰਦੀ ਦੀ ਖੇਤੀ ਕੀਤੀ ਜਾਂਦੀ ਆ, ਅਤੇ ਇੱਥੇ ਜਿਹੜਾ ਜ਼ਮੀਨ ਦਾ ਰੇਟ ਆ 1 ਕਿੱਲੇ ਜ਼ਮੀਨ ਦਾ ਰੇਟ ਉਹ ਹੈਗਾ 1,40,000 ਰੁਪਏ। ਨੰਬਰ 3 ਸਵੀਡਨ। ਇਹ ਥੋੜ੍ਹਾ ਜਿਹਾ ਠੰਡਾ ਦੇਸ਼ ਆ, ਤੁਹਾਨੂੰ ਪਤਾ ਹੀ ਹੋਣਾ ਵੀ ਇੱਥੇ ਕਾਫ਼ੀ ਝੀਲਾਂ ਅਤੇ ਆਈਲੈਂਡ ਨੇ। ਇੱਥੇ ਦੇ ਕੁਝ ਕੁ ਇਲਾਕੇ ਛੱਡ ਕੇ ਨੌਰਥ ਵਾਲੇ ਪਾਸੇ ਕੋਈ ਵੀ ਵਿਦੇਸ਼ੀ ਹੋਰ ਕਿਸੇ ਵੀ ਦੇਸ਼ ਦਾ ਮਤਲਬ ਬੰਦਾ ਜਿਹੜਾ ਵਾ ਉਹ ਇੰਨੀ ਸਸਤੀ ਜ਼ਮੀਨ ਖਰੀਦ ਸਕਦਾ। ਇੱਥੇ ਜਿਹੜਾ 1 ਕਿੱਲੇ ਦਾ ਰੇਟ ਆ ਉਹ ਹੈਗਾ 92,000, ਅਤੇ ਇੱਥੇ ਜ਼ਿਆਦਾਤਰ ਕਣਕ ਅਤੇ ਤੇਲ ਵਾਲੇ ਬੂਟੇ ਉਗਾਏ ਜਾਂਦੇ ਆ। ਨੰਬਰ 2 'ਤੇ ਆ ਜੀ ਨਾਈਜ਼ੇਰੀਆ। ਇਹ ਇੱਕ ਅਫਰੀਕੀ ਦੇਸ਼ ਆ, ਅਤੇ ਇੱਥੇ ਟੂਰਿਜ਼ਮ ਕਾਫ਼ੀ ਜ਼ਿਆਦਾ ਹੁੰਦਾ ਵਾ, ਅਤੇ ਇੱਥੇ ਜ਼ਿਆਦਾਤਰ ਜਿਹੜੀ ਖੇਤੀ ਕੀਤੀ ਜਾਂਦੀ ਆ ਉਹ ਹੁੰਦੀ ਆ ਪਾਮ ਆਇਲ ਦੀ ਅਤੇ ਬਾਜਰੇ ਦੀ, ਅਤੇ ਇੱਥੇ ਤੁਹਾਨੂੰ ਜਿਹੜੀ 1 ਕਿੱਲਾ ਜ਼ਮੀਨ ਆ ਉਹ ਸਿਰਫ 56,000 'ਚ ਮਿਲ ਸਕਦੀ ਆ। ਪਰ ਇੱਥੇ ਕੋਈ ਵੀ ਹੋਰ ਦੇਸ਼ ਦਾ ਜਿਹੜਾ ਬੰਦਾ ਵਾ ਉਹ 500 ਹੈਕਟੇਅਰ ਤੋਂ ਵੱਧ ਜ਼ਮੀਨ ਨਹੀਂ ਖਰੀਦ ਸਕਦਾ, ਪਰ ਫਿਰ ਵੀ 500 ਹੈਕਟੇਅਰ ਬਹੁਤ ਜ਼ਿਆਦਾ ਹੁੰਦੀ ਆ। 1 ਹੈਕਟੇਅਰ 'ਚ ਮੰਨ ਲਓ 2.5 ਕਿੱਲੇ ਜ਼ਮੀਨ ਹੁੰਦੀ ਆ, ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ 500 ਹੈਕਟੇਅਰ 'ਚ ਕਿੰਨੀ ਹੋਊਗੀ। ਤਾਂ ਚਲੋ ਹੁਣ ਗੱਲ ਕਰਦੇ ਹਾਂ ਦੁਨੀਆ ਦੇ ਸਭ ਤੋਂ ਸਸਤੀ ਜ਼ਮੀਨਾਂ ਵਾਲੇ ਦੇਸ਼ ਦੀ, ਨੰਬਰ 1 ਦੇਸ਼ ਦੀ, ਜਿਹਦਾ ਨਾਮ ਆ ਕੈਮਰੂਨ। ਇਹ 7ਵਾਂ ਸਭ ਤੋਂ ਵੱਡਾ ਪਾਮ ਆਇਲ ਬਣਾਉਣ ਵਾਲਾ ਦੇਸ਼ ਆ, ਅਤੇ ਇੱਥੇ ਕੇਲਿਆਂ ਦੀ ਵੀ ਕਾਫ਼ੀ ਖੇਤੀ ਕੀਤੀ ਜਾਂਦੀ ਆ, ਅਤੇ ਇਹੀ ਆ ਉਹ ਦੇਸ਼ ਜਿੱਥੇ ਤੁਸੀਂ 1 ਕਿੱਲਾ ਸਿਰਫ 18,000 'ਚ ਖਰੀਦ ਸਕਦੇ। ਹਾਂਜੀ ਬਾਈ, ਹੁਣ ਫਿਰ ਕਮੈਂਟਾਂ 'ਚ ਮੈਨੂੰ ਜ਼ਰੂਰ ਦੱਸਿਓ ਵੀ ਤੁਸੀਂ ਇਹਨਾਂ ਸਾਰੇ ਦੇਸ਼ਾਂ 'ਚੋਂ ਕਿਹੜੇ ਦੇਸ਼ 'ਚ ਜ਼ਮੀਨ ਖਰੀਦਣਾ ਚਾਹੋਗੇ, ਅਤੇ ਉੱਥੇ ਆਪ ਖੇਤੀ ਕਰਨਾ ਚਾਹੋਗੇ ਜਾਂ ਠੇਕੇ 'ਤੇ ਦੇ ਕੇ ਪੈਸੇ ਕਮਾਉਣਾ ਚਾਹੋਗੇ। ਅਤੇ ਬਾਈ ਆਪਣੇ ਨੇਕ ਪੰਜਾਬੀ ਸਟੇਟ ਚੈਨਲ ਨੂੰ ਫੋਲੋ ਕਰ ਦਿਓ, ਕਿਉਂਕਿ ਇੱਥੇ ਆਪਾਂ ਤੁਹਾਡੇ ਲਈ ਬਿਨਾਂ ਟਾਈਮ ਵੇਸਟ ਕੀਤੇ ਸਿੱਧੀ ਪੁਆਇੰਟ ਦੀ ਗੱਲ ਕਰੀ ਦੀ ਆ। ਧੰਨਵਾਦ।